ਪਾਵਨ ਕੀਰਤਨ ਇਹ ਆਤਮਾ ਦੀ ਖੁਰਾਕ ਹੈ ਜੋ ਆਪ ਨੇ ਆਨੰਦ ਮਾਣਿਆ। ਇਹ ਕੋਈ ਕੰਨ ਰਸ ਨਹੀਂ ਕਿ ਬਹੁਤ ਸੋਹਣਾ ਸੰਗੀਤ, ਬਹੁਤ ਸੋਹਣਾ ਗਾਇਆ। ਪਿਆਰੀ ਸਤ ਸਿੰਘ ਜੀ, ਪਹਿਲਾ ਸ਼ਬਦ ਆਪਣੇ ਜੋ ਸ਼ਰਮ ਕੀਤਾ, ਹਰ ਕੀ ਟਹਿਲ ਕਮਾਵਨੀ, ਜਪੀਐ ਪ੍ਰਭ ਕਾ ਨਾਮ। ਸਤਿਗੁਰੂ ਜੀ ਨਾਮ ਜਪਣ ਵਾਸਤੇ ਪ੍ਰੇਰਨਾ ਕਰ ਰਹੇ ਸਨ। ਫਿਰ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ। ਆਪਣੀ ਟਾਈਮ ਕੱਢਿਆ ਹੈ, ਇੱਥੇ ਹਾਜ਼ਰੀਆਂ ਭਰੀਆਂ ਹਨ। ਦੇਖਣਾ ਕਿਤੇ ਇਹ ਸਮਾਂ ਪਾਸ ਨਾ ਕੀਤਾ ਹੋਵੇ। ਇਹ ਕੁਝ ਆਪਾਂ ਨੇ ਉਪਦੇਸ਼ ਹਿਰਦੇ ਵਿੱਚ ਬੰਨ ਕੇ ਲੈ ਕੇ ਜਾਣਾ ਤਾਂ ਸਾਡਾ ਇੰਨੀ ਦੂਰੋਂ ਆਇਆ ਔਰ ਤੁਹਾਡਾ ਇੱਥੇ ਬੈਠਿਆ ਪ੍ਰਵਾਨ ਹੋਣਾ ਹੈ। ਸਾਰੀ ਜ਼ਿੰਦਗੀ ਗੁਜ਼ਰ ਗਈ ਹੈ ਹਾਜ਼ਰੀਆਂ ਭਰਦਿਆਂ। ਪਿਆਰੀ ਸਾਧ ਸੰਗਤ ਜੀ, ਅਗਰ ਵੈਸੇ ਦਾ ਵੈਸਾ ਹੰਕਾਰ, ਕਾਮ ਕ੍ਰੋਧ ਲੋਭ ਮੋਹ, ਹੰਕਾਰ ਵੈਸੇ ਦੇ ਵੈਸੇ ਔਗੁਣ, ਵੈਸੇ ਸੁਭਾਵ, ਵੈਸੀ ਸੋਚਣੀ, ਵੈਸੀ ਨਿੰਦਿਆ ਚੁਗਲੀ, ਸਭ ਕੁਝ ਵੈਸਾ ਹੀ ਬਰਕਰਾਰ ਰਿਹਾ ਤੇ ਫਿਰ ਗੁਰਦੁਆਰੇ ਅਸੀਂ ਸਮਾਂ ਪਾਸ ਹੀ ਕਰ ਰਹੇ ਹਾਂ। ਇੱਕ ਦਿਨ ਸਮੇਂ ਨੇ ਸਾਨੂੰ ਪਾਸ ਕਰ ਦੇਣਾ ਹੈ, ਯਾਦ ਰੱਖਣਾ। ਇਹ ਜੁੜਨ ਦਾ ਯਤਨ ਕਰਨਾ ਹੈ, ਹਿਰਦੇ ਵਿੱਚ ਨਾਮ ਦੀ ਕਣੀ ਵਸਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਨਾਲ ਸਾਡਾ ਪਿਆਰ ਬਣ ਆਵੇ, ਵਾਹਿਗੁਰੂ ਨਾਲ ਪਿਆਰ ਬਣ ਆਵੇ। ਇੱਥੇ ਬੈਠੇ ਬਾਹਰ ਮਨ ਨਹੀਂ ਭਟਕਾਣਾ, ਚਲੋ ਚੱਲੀਏ। ਪਹਿਲਾ ਸ਼ਬਦ ਪ੍ਰੇਰਨਾ ਕਰਦਾ ਸੀ ਕਿ ਪਿਆਰਿਆ ਨਾਮ ਜਪ ਲੈ, ਇਹ ਪ੍ਰਭੂ ਦੀ ਸੇਵਾ ਹੈ। ਦੂਸਰਾ ਕਿ ਅਸੀਂ ਔਗਣਾਂ ਨਾਲ ਬੜੇ ਭਰੇ ਹੋਏ ਹਾਂ ਤੇ ਗੁਰੂ ਦੇ ਨਾਲ, ਪ੍ਰਭੂ ਦੇ ਨਾਲ ਕਿਵੇਂ ਮਿਲਾਪ ਹੋ ਸਕਦਾ ਹੈ। ਜਵਾਬ ਸੀ ਗੁਰ ਮਿਲੀ ਬਹੁ ਕਿਰਪਾ ਤਾਰੀ, ਗੁਰੂ ਦੀ ਕਿਰਪਾ ਦੁਆਰਾ। ਫਿਰ ਆਪਣੇ ਸ਼ਬਦ ਸਰਵਨ ਕੀਤਾ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ ਹੀ ਮੇਰੇ ਵਾਹਿਗੁਰੂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਅਨੇਕਾਂ ਜਨਮ ਹੋ ਗਏ ਹਨ ਭਟਕਦਿਆਂ ਨੂੰ, ਹੁਣ ਤਾਂ ਇਹ ਜਨਮ ਲੇਖੇ ਵਿੱਚ ਲਾ ਲਓ, ਕਿਰਪਾ ਕਰ ਦਿਓ। ਤੇ ਫਿਰ ਆਪਨੇ ਸ਼ਬਦ ਸਰਵਨ ਕੀਤਾ, ਜਗਤ ਜਲੰਧਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਦਿੱਤਾ ਲਿਓ ਉਬਾਰ। ਮੇਰੇ ਵਾਹਿਗੁਰੂ ਜਿਵੇਂ ਵੀ ਹੁੰਦਾ ਹੈ ਕਿਰਪਾ ਕਰ ਦੇ, ਔਰ ਸਾਨੂੰ ਇਹ ਪਦਾਰਥਾਂ ਰੂਪੀ ਸੰਸਾਰ ਤੋਂ ਹੱਥ ਦੇ ਕੇ ਬਚਾ ਲਓ। ਬੇਨਤੀ ਸੀ ਮਾਲਕ ਦੇ ਚਰਨਾਂ ਵਿੱਚ। ਪਿਆਰੀ ਸਾਧ ਸੰਗਤ ਜੀ, ਅੱਜ ਪਰਮ ਕਰਕੇ ਜਾਈਏ। ਵੈਸੇ ਤਾਂ ਗੁਰਮੁਖ ਰੋਮ ਰੋਮ ਹਰ ਜਾਵੇ, ਹਰ ਵੇਲੇ ਦੱਸਣਾ ਤੇ ਵਾਹਿਗੁਰੂ ਗੁਰ ਮੰਤਰ ਜਾਂ ਮੂਲ ਮੰਤਰ ਦਾ ਪਾਠ ਹੋਵੇ ਗੁਰਸਿੱਖ ਦੇ। ਨਹੀਂ ਤਾਂ ਘੱਟੋ ਘੱਟ ਘੰਟੇ ਵਿੱਚ 5 ਵਾਰੀ ਤਾਂ ਮੂਲ ਮੰਤਰ ਜ਼ਰੂਰ ਕਰ ਲਈਏ। ਕੁਝ ਤਾਂ ਨਿਯਮ ਬਣਾ ਕੇ ਜਾਈਏ ਤਾਂ ਸਾਡਾ ਇੱਥੇ ਆਉਣਾ ਸਫਲਾ ਹੋ ਜਾਵੇਗਾ। ਆਓ ਇੱਕ ਵਾਰ ਪਿਆਰ ਨਾਲ
ਫਿਰ ਕਰੀਏ ਵਾਹਿਗੁਰੂ ਗੁਰੂ ਮੰਤਰ ਨਾਲ ਰਸਨਾ ਪਵਿੱਤਰ, ਫਿਰ ਆਨੰਦ ਸਾਹਿਬ ਜੀ ਦਾ ਪਾਠ। ਵਾਹਿ ਗੁਰੂ Oh,